ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਖੁਸ਼ੀ ਤੇ ਤੁਸੀਂ ਦੇਖ ਰਹੇ ਏਵਨ ਪੰਜਾਬੀ ਟੀਵੀ ਤੇ ਮੈਂ ਲੈ ਕੇ ਹਾਜ਼ਰ ਹਾਂ ਤੁਹਾਡਾ ਮਨਪਸੰਦ ਪ੍ਰੋਗਰਾਮ ਜਿਸ ਦਾ ਨਾਮ ਹੈ ਗੱਲਾਂ ਦਿਲ ਦੀਆਂ ਗੀਤਾਂ ਦੇ ਨਾਲ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਅਲੱਗ ਅਲੱਗ ਗਾਇਕਾਂ ਦੇ ਨਾਲ ਤੇ ਤੁਹਾਨੂੰ ਮੌਕਾ ਮਿਲਦਾ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣਨ ਦਾ। ਤੇ ਅੱਜ ਜਿਹੜੇ ਕਲਾਕਾਰ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਉਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਮੇਰੀ ਮੁਰਾਦ ਹੈ ਉਸਤਾਦ ਸ਼ੌਕਤ ਅਲੀ ਮਤੋਈ ਜੀ। ਤੇ ਉੱਥੇ ਜਨਮ ਹੋਇਆ ਤੇ ਜੰਮਦਿਆਂ ਨੂੰ ਗਾਣਾ ਮਿਲਿਆ। ਅੱਛਾ। ਡੈਡੀ ਵੀ ਗਾਉਂਦੇ ਸੀਗੇ, ਮੇਰੀ ਮਾਂ ਵੀ ਇੱਦਾਂ ਦੀ ਸੀਗੀ, ਨਾਨਕੇ ਵੀ ਇੱਦਾਂ ਦੇ ਸੀ ਮੇਰੇ, ਤੇ ਸਾਰੇ ਆਵਾਜ਼ਾਂ ਮੇਰੇ ਕੰਨਾਂ 'ਚ ਸੁਰੀਲੀਆਂ ਪੈਂਦੀਆਂ ਗਈਆਂ। ਤੇ ਡੈਡੀ ਨੇ ਮੈਨੂੰ ਗਾਣਾ ਦੱਸਿਆ, ਫਿਰ ਤਕੜੇ ਹੋ ਗਏ, ਸਕੂਲ 'ਚ ਪੜ੍ਹਨ ਲੱਗ ਗਏ। ਸਕੂਲ ਪ੍ਰਾਇਮਰੀ ਪੰਜ ਪੜ੍ਹਿਆ ਪਿਆ ਮੈਂ, ਓਕੇ, ਉਸ ਟਾਈਮ ਪੰਜਵੀਂ ਬਹੁਤ ਸੀਗਾ। ਬਿਲਕੁਲ ਸਰ। ਅਤੇ ਪੰਜ ਪੜ੍ਹਿਆ ਪਿਆ ਮੈਂ ਪੇਪਰ ਤਾਂ ਮੈਂ ਬਹੁਤ ਘੱਟ ਕਰਦਾ ਸੀਗਾ, ਮੈਨੂੰ ਤਾਂ ਉਹ ਗਾਣਾ ਆ ਜਾ ਵੀ ਤੈਂ ਪੇਪਰ ਕੀ ਕਰਨਾ, ਗਾਣਾ ਹੀ ਸੁਣਾ ਦੇ। ਉੱਥੇ ਮੈਨੂੰ ਗਾਣਾ ਸੁਣ ਲੈਣਾ, ਚੱਲ ਵੀ ਤੂੰ ਤਾਂ ਪਾਸ ਹੈ। ਠੀਕ ਹੈ। ਉਹ ਉੱਡਦੇ ਗਏ, ਤਕੜੇ ਹੁੰਦੇ ਗਏ, ਕੰਮ ਚੱਲਦਾ ਰਿਹਾ। ਫਿਰ ਜ਼ਿਆਦਾ ਕਿਸੇ ਹੋਰ ਪਾਸੇ ਨੇ ਸਾਨੂੰ ਜਾਣ ਦਿੱਤਾ ਡੈਡੀ ਨੇ, ਅਤੇ ਸਾਨੂੰ ਸੂਫੀ ਇਮਜ ਦੇ ਵਿੱਚ ਹੀ ਰੱਖਿਆ ਵੀ ਸੂਫੀ ਗਾਣਾ ਗਾਓ। ਅਤੇ ਰਿਆਜ਼ ਆਪ ਕਰਾਇਆ, ਫਿਰ ਉਸਤਾਦ ਦੀ ਸ਼ਗਿਰਦੀ ਵੀ ਹੋਈ। ਅਤੇ ਮੇਰੇ ਗੁਰੂ ਉਸਤਾਦ ਖਾਨ ਸਾਹਿਬ ਬਾਕਰ ਹੁਸੈਨ ਜਰਨੈਲ ਸਾਹਿਬ, ਜੋ ਪਟਿਆਲਾ ਘਰਾਣਾ ਸਾਡਾ ਜੀ, ਪਟਿਆਲੇ ਘਰਾਣੇ ਦੇ ਬਾਦਸ਼ਾਹ, ਉਹ ਜਰਨਲ ਕਰਨਲ ਥੇ ਇੱਥੇ ਦੇ। ਅਤੇ ਉਹਨਾਂ ਦੀ ਔਲਾਦ ਖਾਨ ਸਾਹਿਬ ਬਾਕਰ ਹੁਸੈਨ ਗੁਰੂ ਜੀ, ਉਹ ਵੀ ਜਰਨੈਲ ਥੇ। ਅਤੇ ਉਹਨਾਂ ਨੇ ਸਾਨੂੰ ਦੱਸਿਆ ਸੰਗੀਤਕਾਰ, ਸੂਫੀ ਗਾਣਾ ਜਿਹੜਾ ਸੂਫੀ ਅਸੀਂ ਕਵਾਲੀ ਕਰਦੇ ਹਾਂ, ਸੂਫੀ ਗਾਉਂਦੇ ਹਾਂ, ਅਤੇ ਉਹ ਉਸਤਾਦ ਮੁਹੰਮਦ ਸ਼ਰੀਫ ਕਵਾਲ ਮੁਬਾਰਕਪੁਰ ਚੁੰਘਾ, ਉਹਨਾਂ ਨੇ ਦੱਸਿਆ ਜੀ। ਅਤੇ ਬਾ ਮਾਲਕ ਦਾ ਕਰਮ ਹੁੰਦਾ ਗਿਆ, ਪਰ ਅਸੀਂ ਹੋਰ ਲਾਈਨ 'ਚ ਨਹੀਂ, ਕਿਸੇ 'ਚ ਇਸੇ ਲਾਈਨ 'ਚ ਰਹੇ ਜੀ। ਤੁਹਾਨੂੰ ਕਿਤੇ ਨਾ ਕਿਤੇ ਸ਼ੁਰੂ ਤੋਂ ਜਿਹੜਾ ਸੀ ਘਰ ਵਿੱਚ ਹੀ ਮਾਹੌਲ ਮਿਲ ਗਿਆ, ਬਿਲਕੁਲ ਉਹ ਚੀਜ਼ ਜਿਹੜੀ ਆ ਨਾ, ਉਹਦੇ ਨਾਲ ਬੱਚੇ ਦਾ ਧਿਆਨ ਜ਼ਿਆਦਾ ਤੋਂ ਜ਼ਿਆਦਾ ਉਧਰ ਉਹ ਚੀਜ਼ ਵੱਲ ਹੋ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਸਕੂਲਿੰਗ ਦੀ ਗੱਲ ਕੀਤੀ, ਤੇ ਤੁਸੀਂ ਕਿੱਥੋਂ ਕੀਤੀ ਸਕੂਲਿੰਗ, ਉਹਦੇ ਬਾਰੇ ਦੱਸੋ। ਮਤੋਈ ਪਿੰਡੀ, ਠੀਕ ਹੈ, ਪ੍ਰਾਇਮਰੀ ਸਕੂਲ ਸੀਗਾ, ਪੰਜ ਜਮਾਤਾਂ ਪੜ੍ਹੀਆਂ, ਔਰ ਸੱਚਾਈ ਤਾਂ ਇਹ ਵੀ ਅਸੀਂ ਪੜ੍ਹ ਨਹੀਂ ਸਕਦੇ ਸੀ। ਠੀਕ ਹੈ, ਫਿਰ ਕਿਸ ਤਰ੍ਹਾਂ ਦੇ ਬੱਚੇ ਸੀ, ਸ਼ਰਾਰਤੀ ਸੀ? ਪੂਰੇ ਕੀ ਦੱਸਿਆ ਤੁਹਾਨੂੰ। ਠੀਕ ਹੈ। ਅਤੇ ਉਹ ਗਾਣੇ ਵਜਾਉਣੇ ਉੱਥੇ ਵੀ ਇੱਦਾਂ ਆਉਂਦੇ ਰਹਿੰਦੇ, ਗਾਣਾ ਸੁਣਾ ਦੇ ਯਾਰ, ਗਾਣਾ ਸੁਣਾ ਦੇ ਬੱਚੇ, ਬਸ ਤੂੰ ਪਾਸ ਹੀ ਹੈ, ਬਸ ਇੱਦਾਂ ਦੀ ਜ਼ਿੰਦਗੀ ਚੱਲਦੀ ਰਹੀ ਆ। ਅਤੇ ਬੜਾ ਕੁਝ ਦੇਖਿਆ, ਬੜਾ ਆਨੰਦ ਲਿਆ ਜ਼ਿੰਦਗੀ ਦਾ। ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਕਿ ਤੁਹਾਡੇ ਮੱਕੀ ਮੰਮਾ ਵੀ ਪਾਪਾ ਵੀ ਇਸ ਲਾਈਨ ਦੇ ਵਿੱਚ ਸੀ, ਕਿਤੇ ਤੁਹਾਨੂੰ ਮਾਹੌਲ ਮਿਲ ਗਿਆ, ਤੇ ਕੀ ਉਹ ਵੀ ਪ੍ਰੋਫੈਸ਼ਨਲੀ ਸਿੰਗਿੰਗ ਕਰਦੇ ਸੀ? ਨਹੀਂ, ਸਿੰਗਿੰਗ ਨਹੀਂ, ਪ੍ਰੋਫੈਸ਼ਨਲ ਨਹੀਂ ਸੀ। ਠੀਕ ਹੈ। ਤੇ ਸਾਡੇ ਘਰ ਦਾ ਹੀ ਮਾਹੌਲ ਇਦਾਂ ਸੀਗਾ। ਓਕੇ। ਜੇ ਮੈਂ ਰਿਆਜ਼ ਨਹੀਂ ਕਰਨਾ ਤਾਂ ਮੇਰੇ ਡੰਡਾ ਲੈ ਕੇ ਵੀ ਮਗਰ ਮਾਂ ਪੈ ਜਾਂਦੀ ਸੀ ਤੇ ਚੱਲ ਰਿਆਜ਼ ਕਰ ਚੱਲ ਕੇ। ਤੇ ਇਦਾਂ ਦਾ ਕੰਮ ਨਹੀਂ, ਰਿਆਜ਼ ਤੋਂ ਨਹੀਂ, ਰਿਆਜ਼ ਗਰੀਬੀ ਦਾ ਆਲਮ ਔਰ ਕੱਚੇ ਘਰ ਹੁੰਦੇ ਸੀਗੇ। ਬਿਲਕੁਲ। ਰਿਆਜ਼ ਕੀਤਾ ਵੀ ਬਹੁਤ ਜੀ, ਤੇ ਅੱਜ ਕੱਲ੍ਹ ਦੇ ਤਾਂ ਰਿਆਜ਼ ਵੀ ਨਹੀਂ ਕਰਦੇ। ਬਿਲਕੁਲ ਉਹੀ ਜੀ, ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਸਿੰਗਰ ਜਦੋਂ ਗਾਉਂਦੇ ਨੇ ਤਾਂ ਮਤਲਬ ਕਿ ਆਡੀਓ ਬਹੁਤ ਵਧੀਆ ਲੱਗਦੀ ਆ ਉਹਦੇ ਸੌਂਗ 'ਚ ਸੁਣਨ ਦੇ ਵਿੱਚ, ਪਰ ਜਦੋਂ ਲਾਈਵ ਪਰਫਾਰਮੈਂਸ ਹੁੰਦੀ ਆ ਉੱਥੇ ਜਾ ਕੇ ਫਿਰ ਉਹ ਜਿਹੜੇ ਆ ਨਾ ਵੀ ਹੋ ਜਾਂਦੇ, ਨੀਚੇ ਡਿੱਗ ਜਾਂਦੇ ਨੇ, ਕਿਤੇ ਨਾ ਕਿਤੇ ਰਿਆਜ਼ ਨਹੀਂ ਕਰਦੇ, ਸਿਰਫ ਇੱਕ ਸ਼ੌਂਕ ਜਿਹਾ ਹੀ ਦਿਖਦਾ ਅੱਜ ਕੱਲ੍ਹ ਦੇ ਸਿੰਗਰ। ਰਿਆਜ਼ ਤਾਂ ਕਰਦੇ ਹੀ ਨਹੀਂ। ਬਿਲਕੁਲ ਉਹੀ ਚੀਜ਼, ਰਿਆਜ਼ ਦਾ ਪਤਾ ਵੀ ਨਹੀਂ ਵੀ ਰਿਆਜ਼ ਕਿੱਦਾਂ ਕਰੀਦਾ ਜੀ, ਤੇ ਤਾਂ ਚਾਰ ਚਾਰ ਪੰਜ ਪੰਜ ਘੰਟੇ ਰਿਆਜ਼ ਜੀ, ਅਸੀਂ ਟਾਈਮ ਦੇਖ ਕੇ ਥੋੜ੍ਹਾ ਰਿਆਜ਼ ਕਰਦੇ ਸੀ ਜੀ। ਸਾਡਾ ਤਾਂ ਇੱਕ ਕੰਮ ਸੀ, ਮੈਂ ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਿਲ ਪੇ ਨਜ਼ਰ ਹੈ, ਰਸਤੇ ਮੇਂ ਕਹੀਂ ਮੀਲ ਕਾ ਪੱਥਰ ਨਹੀਂ ਦੇਖਾ, ਕਿਲੋਮੀਟਰ ਨਹੀਂ ਗਿਣੇ ਸੀ, ਬਗੈਰ ਘੰਟਿਆਂ ਤੋਂ ਚੱਲਦਾ ਸੀ ਕੰਮ, ਚਾਰ ਪੰਜ ਘੰਟੇ ਉੱਥੇ ਨੀਂਦ ਆ ਜਾਣੀ, ਹਾਰਮੋਨੀ ਵਜਾਉਂਦੇ ਉੱਥੇ ਰਿਆਜ਼ ਕਰਨੀ ਇਹਨਾਂ ਨੇ, ਫਿਰ ਉੱਥੋਂ ਸ਼ੁਰੂ ਹੋ ਜਾਣਾ ਜੀ। ਤੇ ਇਸ ਢੰਗ ਨਾਲ ਅੱਜ ਕੱਲ੍ਹ ਤਾਂ ਰਿਆਜ਼ ਕਰਦਾ ਨਹੀਂ, ਅੱਜ ਕੱਲ੍ਹ ਤਾਂ ਰੁਪਈਆ ਬਣਾਉਂਦੇ ਆ ਬਸ, ਸੁਰ ਬਾਰੇ ਕੋਈ ਧਿਆਨ ਨਹੀਂ ਜੀ। ਉਹ ਚੀਜ਼ ਨਾ ਅੱਜ ਕੱਲ੍ਹ ਉਹਨੀ ਇਨਫੋਰਮੇਸ਼ਨ ਹੀ ਨਹੀਂ ਉਹਨਾਂ ਨੂੰ ਚੀਜ਼ਾਂ ਦੇ ਬਾਰੇ, ਕਿਤੇ ਨਾ ਕਿਤੇ ਬਰੀਕੀ ਜਾਣਦੇ ਨੇ ਅੱਜ ਕੱਲ੍ਹ ਦੇ ਸਿੰਗਰ। ਤੇ ਅੱਜ ਕੱਲ੍ਹ ਜੇ ਆਪਾਂ ਗੱਲ ਕਰੀਏ ਹੁਣ ਦੀ, ਤਾਂ ਹੁਣ ਵੀ ਤੁਸੀਂ ਰਿਆਜ਼ ਨੂੰ ਕਿੰਨਾ ਕੁ ਟਾਈਮ ਦਿੰਦੇ ਹੋ ਹੁਣ ਦੇ ਟਾਈਮ 'ਤੇ? ਦੇਖੋ ਜੀ, ਹੁਣ ਇੰਨਾ ਤਾਂ ਨਹੀਂ ਮੈਂ ਕਹਿ ਸਕਦਾ ਵੀ ਮੈਂ ਪੰਜ ਘੰਟੇ ਰਿਆਜ਼ ਕਰਦਾ, ਜਿਹੜੇ ਘੰਟਾ ਡੇਢ ਘੰਟਾ ਦਾ ਮੈਨੂੰ ਫਿਰ ਵੀ ਰਿਆਜ਼ ਨੂੰ ਟਾਈਮ ਮਿਲਦਾ। ਓਕੇ। ਠੀਕ ਹੈ ਜੀ। ਸਾਡਾ ਬੇਟਾ, ਉਹਨੂੰ ਵੀ ਰਿਆਜ਼ ਦਾ ਟਾਈਮ ਦੱਸਿਆ ਵੀ ਇੰਨੇ ਤੋਂ ਵਜੇ ਇੰਨੇ 'ਤੇ ਕਰਨਾ ਹੈ ਬੇਟਾ। ਕਿਤੇ ਨਾ ਕਿਤੇ ਤੁਸੀਂ ਟਾਈਮ ਕੱਢ ਹੀ ਲੈਂਦੇ ਹੋ ਦਿਨ ਦੇ ਵਿੱਚ ਟਾਈਮ? ਦੇਖੋ ਜੀ, ਚਾਹੇ ਸਿਆਲ ਦਾ ਮਹੀਨਾ ਹਵਾ ਚੱਲਦੀ ਹੈ, ਕੱਪੜਾ ਲੈ ਕੇ ਰਿਆਜ਼ ਕਰ ਲੈਂਦੇ ਜੀ, ਰਜ਼ਾਈ ਲਈ ਵੀ ਉੱਪਰ ਆਪਾਂ ਗਾ ਰਹੇ ਹਾਂ, ਅਤੇ
ਉਹਦੇ 'ਚ ਜਦ ਤੱਕ ਸੰਤੁਸ਼ਟੀ ਨਹੀਂ ਆਉਂਦੀ ਜਦ ਤੱਕ ਰਿਆਜ਼ ਨਹੀਂ ਕਰਦੇ ਜੀ। ਰਿਆਜ਼ ਕਰਾਂਗੇ ਸੁਰ ਨਹੀਂ ਬੈਠੂਗਾ ਔਰ ਸੁਰ 'ਚ ਹੋਊਗਾ ਸੁਰੀਲਾਪਣ ਹੋਊਗਾ, ਨਹੀਂ ਰਿਆਜ਼ ਕਰਾਂਗੇ ਤਾਂ ਉਹ ਥੋੜ੍ਹੇ ਚਿਰ ਦਾ ਕੰਮ ਆਉਂਦਾ ਜੀ। ਉਹ ਹਾਂਜੀ ਹਾਂਜੀ ਜੀ। ਕਹਿੰਦੇ ਨੇ ਕਿ ਗੁਰੂ ਬਿਨਾਂ ਗਤੀ ਨਹੀਂ, ਤੁਸੀਂ ਮਤਲਬ ਕਿ ਗੁਰੂ ਧਾਰ ਹੈ, ਉਹਨਾਂ ਦੇ ਬਾਰੇ ਦੱਸੋ ਕਿੱਦਾਂ ਕਿੱਦਾਂ ਤੁਹਾਡਾ ਕਿੱਦਾਂ ਰਿਹਾ ਉਸ ਟਾਈਮ ਦਾ? ਉਸ ਟਾਈਮ ਦੌਰ ਅਸੀਂ ਉਸਤਾਦ ਜੀ ਮਰੀਰਕੋਟਲਾ ਰਹਿੰਦੇ ਸੀਗੇ ਜੀ, ਅਤੇ ਅਸੀਂ ਮਤੋਈ ਰਹਿੰਦੇ ਸੀ ਜੀ, ਅਤੇ ਉਹ ਬੱਚੇ ਨਹੀਂ ਵਿਚਾਲੇ ਕੈਂਚੀ ਚਲਾ ਕੇ ਚਲਾਉਂਦੇ ਹੁੰਦੇ ਸਾਈਕਲ, ਹਾਂਜੀ ਸਾਈਕਲ, ਉਹ ਸਾਈਕਲ 'ਤੇ ਅਸੀਂ ਦੋਨੇ ਭਰਾ ਜਾਂਦੇ ਸੀਗੇ, ਮੇਰਾ ਵੱਡਾ ਭਰਾ ਅਬਦੁਲ ਸਤਾਰ ਸਾਬਰੀ ਅਤੇ ਔਰ ਮੈਂ ਆਪ, ਉਹ ਇੱਕ ਨੇ ਪਿੱਛੇ ਬੈਠ ਜਾਣਾ ਜਾਂ ਮੈਂ ਚਲਾਉਣਾ ਕੈਂਚੀ ਵਿਚਾਲੇ, ਜਾਂ ਉਹਨੇ ਚਲਾਉਣਾ, ਠੀਕ ਹੈ ਨਾ? ਅਤੇ ਇੱਦਾਂ ਜਾਣਾ ਬਸ ਤਾਂ ਪੈਦਲ ਤੁਰ ਕੇ ਜਾਣਾ, ਸੰਘਰਸ਼ ਸੀਗਾ ਜੀ। ਅਤੇ ਬਾਅਦ ਤਾਂ ਮੈਂ ਕਹਿੰਦੇ ਨੇ ਉਸਤਾਦ ਜੀ ਨੇ, ਉਹ ਗਰਮੀ ਬਹੁਤ ਪੈਂਦੀ ਹੈ ਬਈ, ਜ਼ਿਆਦਾ ਗਰਮੀ ਹੈ, ਅਸੀਂ ਦਿਹਲੀ ਨੂੰ ਹੱਥ ਲਾ ਕੇ ਸਲਾਮ ਕਰਕੇ ਘਰ ਨੂੰ ਵਾਪਸ ਆਉਣਾ, ਉਹ ਹੋ ਗਿਆ ਰਿਹਾ, ਇਹਨਾਂ ਨੂੰ ਸਲਾਮ ਹੋ ਗਿਆ। ਯਕੀਨ ਜੀ, ਸਭ ਤੋਂ ਵੱਡਾ ਗੁਰੂ ਕਾਮਲ ਹੀ ਹੁੰਦਾ, ਯਕੀਨ ਕਾਮਲ ਹੁੰਦਾ, ਜੇ ਤੁਹਾਡਾ ਯਕੀਨ ਹੈ ਤਾਂ ਸਾਰਾ ਕੁਛ ਹੈ। ਹਾਂਜੀ, ਅਤੇ ਜੇ ਅਸੀਂ ਗੱਲ ਕਰੀਏ ਤੁਹਾਡੀ ਸਟਾਰਟਿੰਗ ਦੀ, ਤਾਂ ਸਭ ਤੋਂ ਪਹਿਲਾਂ ਤੁਹਾਡਾ ਸੌਂਗ ਕਦੋਂ ਆਇਆ? ਅਤੇ ਮੇਰਾ ਸੌਂਗ ਜਿਹੜਾ ਮਕਬੂਲ ਜਿਹੜਾ ਜ਼ਿਆਦਾ ਹੋਇਆ ਨਾ, ਅਤੇ ਆ ਜਾਵੇ ਆ ਜਾ ਮਾਹੀ, ਮੇਰਾ ਛੋਟਾ ਭਰਾ ਸਰਦਾਰ ਅਲੀ ਮਤੋਈ ਜੀ, ਇਸ ਟਾਈਮ ਸਰਪੰਚ ਹੈ ਉਹ, ਅਤੇ ਉਹ ਉਹਦਾ ਗਾਣਾ ਮੇਰੇ ਲਈ ਬਹੁਤ ਲੋਕਾਂ ਨੇ ਸੁਣਿਆ, ਪਸੰਦ ਕੀਤਾ, ਅਤੇ ਮੇਰਾ ਹੋ ਗਿਆ ਸੁਹਾਗਣਾ ਚਨਾ ਪੀਰਾਂ ਨੇ ਮੇਰੀ ਬਾਂਹ ਫੜ ਲਈ, ਇਹ ਦੋ ਇੱਕ ਦੋ ਸੌਂਗ ਬਹੁਤ ਪਾਪੂਲਰ ਹੋਏ ਨੇ, ਬੜਾ ਇਹ 'ਚ ਨਾਂ ਖੱਟਿਆ, ਬੜਾ ਨਾਂ ਬਹੁਤ ਜਾਣੀ ਮੇਰੇ ਹਿਸਾਬ ਨਾਲ ਬਹੁਤ ਵਧੀਆ ਹੋਇਆ ਜੀ। ਫਿਰ ਥੋੜ੍ਹਾ ਜਿਹਾ ਗੁਣਗੁਣਾ ਕੇ ਸੁਣਾ ਦਿਓ। ਹਾਂਜੀ, ਆ ਜਾਵੇ ਆ ਜਾ ਮਾਹੀ ਵੇ, ਆ ਜਾਵੇ ਆ ਜਾ ਮਾਹੀ ਵੇ, ਇਹ ਦਰਦ ਦਿਲਾਂ ਦੇ ਹਾਏ ਨਹੀਂ ਮੁੱਕਣੇ, ਨਹੀਂ ਮੁੱਕਣੇ ਢੋਲਾਂ ਵੇ, ਸੁੱਕ ਜਾਣ ਬੂਟੇ ਸਦਰਾਂ ਦੇ, ਸੁੱਕ ਜਾਣ ਬੂਟੇ ਸਦਰਾਂ ਦੇ, ਅੱਖਾਂ ਵਿੱਚ ਅਥਰੂ ਨਹੀਂ ਸੁੱਕਣੇ, ਨਹੀਂ ਸੁੱਕਣੇ ਵੇ ਢੋਲਾਂ ਵੇ, ਆ ਜਾਵੇ ਆ ਜਾ ਮਾਹੀ ਵੇ, ਆ ਬਹੁਤ ਵਧੀਆ ਸਰ। ਸਰ ਜੇ ਸੰਘਰਸ਼ ਦੀ ਗੱਲ ਕਰੀਏ ਤਾਂ ਤੁਹਾਨੂੰ ਕਿੰਨਾ ਕੁ ਸਟਰਗਲ ਕਰਨਾ ਪਿਆ ਆਪਣੀ ਜ਼ਿੰਦਗੀ ਦੇ ਵਿੱਚ? ਤੇ ਹੁਣ ਵੀ ਕਰ ਰਹੇ ਹਾਂ, ਉਹ ਤਾਂ ਸਰ ਚੱਲਦਾ ਹੀ ਰਹਿੰਦਾ ਹੈ। ਇਹ ਜਿਹੜਾ ਸਟਰਗਲ ਹੈ ਨਾ, ਇਹ ਮੁੱਕਣ ਵਾਲਾ ਨਹੀਂ, ਬਿਲਕੁਲ ਸਰ, ਇਹ ਚੱਲਦਾ ਹੀ ਆ ਰਿਹਾ। ਇਹ ਗਾਣਾ ਸੁਰ, ਜਿਹੜੀ ਸੁਰ ਹੈ ਨਾ, ਸੁਰ ਦੀ ਗੱਲ, ਸੁਰ ਈਸ਼ਵਰ ਹੈ, ਭਗਵਾਨ ਹੈ ਜੀ, ਤੇ ਸੋਧਣਾ ਬੜਾ ਮੁਸ਼ਕਿਲ ਕੰਮ ਹੈ। ਇਹ ਬੰਦੇ ਦੀ ਉਮਰ ਛੋਟੀ ਹੈ, ਗਾਣੇ ਦੀ ਵੱਡੀ ਹੈ ਜੀ। ਜਦ ਗਾਣੇ ਦੀ ਐਵੇਂ ਮਾੜੀ ਮੋਟੀ ਸਮਝ ਆਉਣ ਲੱਗਦੀ ਹੈ ਥੋੜ੍ਹੀ ਜਿਹੀ ਇੰਨੀ ਕੁ ਜੀ, ਉਦੋਂ ਉੱਪਰ ਵਾਲੇ ਦਾ ਸੁਨੇਹਾ ਆਉਣ ਲੱਗ ਜਾਂਦਾ, ਬੰਦਾ ਖਤਮ ਹੋ ਜਾਂਦਾ ਜੀ। ਜਦ ਮੂੰਹ 'ਚ ਦੰਦ ਨਹੀਂ ਰਹਿੰਦੇ, ਠੀਕ ਨਹੀਂ, ਅੱਖਾਂ 'ਤੇ ਦੁਖੜੋ ਖੜ ਜਾਂਦਾ, ਆਹ ਕੰਮ ਨਹੀਂ ਕਰਦਾ, ਆਹ ਵਧੀਆ ਨਹੀਂ ਕੰਮ ਕਰਦਾ, ਗਾਣਾ ਵੀ ਨਾਲ ਦੀ ਨਾਲ ਖਤਮ ਹੋ ਜਾਂਦਾ, ਨਹੀਂ ਪੂਰਾ ਨਹੀਂ ਹੋ ਸਕਦਾ ਜੀ। ਅਤੇ ਅਸੀਂ ਹੁਣ ਕਹਿੰਦੇ ਹਾਂ ਵੀ ਅਸੀਂ ਐਂ ਕਰ ਦਈਏ, ਹੁਣ ਐਂ ਕਰ ਦਈਏ, ਨਹੀਂ ਕੁਛ ਹੁੰਦਾ। ਸਟਰਗਲਿੰਗ ਡੇਜ਼ ਵਿੱਚ ਤੁਹਾਨੂੰ ਕਿੱਦਾਂ ਕਿੱਦਾਂ ਦੇ ਲੋਕ ਮਿਲੇ ਉਸ ਟਾਈਮ 'ਤੇ? ਕੁਛ ਤੁਹਾਨੂੰ ਮੂਵਮੈਂਟਸ ਯਾਦ ਹੋਣ ਕਿ ਜਿਨ੍ਹਾਂ ਨੇ ਤੁਹਾਡਾ ਸਭ ਤੋਂ ਜ਼ਿਆਦਾ ਸਾਥ ਦਿੱਤਾ ਹੋਵੇ ਉਸ ਟਾਈਮ 'ਤੇ? ਦੇਖੋ, ਮੈਂ ਸਭ ਤੋਂ ਵੱਡੀ ਗੱਲ ਕਹਿ ਰਿਹਾ ਵੀ ਮੇਰੇ ਮਾਂ ਬਾਪ ਨੇ ਸਭ ਤੋਂ ਵੱਡਾ ਜੀ ਸਾਥ ਦਿੱਤਾ ਮੈਨੂੰ, ਉਹਨਾਂ ਦੀ ਦੇਣ ਆ, ਔਰ ਅੱਲਾ ਦੀ ਰਹਿਮਤ ਹੈਗੀ ਹੈ, ਅੱਲਾ ਦੀ ਰਹਿਮਤ ਵੱਡੀ ਹੈ। ਮੇਰੇ ਮਾਂ ਬਾਪ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ, ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ, ਲੇਕਿਨ ਮੇਰੀ ਮਿਸੇ ਜੀ ਨੇ ਵੀ ਮੇਰਾ ਸਾਥ ਦਿੱਤਾ ਬਹੁਤ ਜ਼ਿਆਦਾ ਜੀ, ਪਰ ਉਹ ਇਸ ਦੁਨੀਆਂ 'ਤੇ ਨਹੀਂ ਹੈ, ਅਤੇ ਉਹਨੇ ਸਾਥ ਜੇ ਉਹਨੇ ਮੈਨੂੰ ਮੌਕਾ ਦੇਣਾ, ਰਿਆਜ਼ ਕਰਨ ਦਾ ਵੀ ਮੌਕਾ ਦੇਣਾ ਵੀ ਦੋ ਦੋ ਤਿੰਨ ਤਿੰਨ ਚਾਰ ਚਾਰ ਘੰਟੇ ਇਹਨਾਂ ਨੂੰ ਬਣਾਉਣਾ ਨਹੀਂ ਕਿਸੇ ਗੱਲ 'ਤੇ, ਅਤੇ ਬਦਾਮ ਘੋਟ ਕੇ ਆਪ ਦੇਣੇ, ਆਪ ਪਲਾਉਣੇ, ਟਹਿਲੇ ਪਲਾਉਣੇ, ਸਿਆਲੋ ਸਿਆਲ ਨਹੀਂ ਕਹਿਣੇ ਵੀ ਸੀਜ਼ਨ ਅੱਗੇ ਆ ਰਿਹਾ, ਤੁਹਾਡਾ ਸੀਜ਼ਨ ਅੱਗੇ ਆ ਰਿਹਾ, ਆਹ ਚੀਜ਼ ਖਾਓ, ਬਦਾਮ ਖਾਓ ਜੀ, ਅਤੇ ਉਹਨੇ ਆਪ ਤੜਕਾ ਲਾ ਕੇ ਬਣਾ ਕੇ ਰਾਬੜੀ ਜੀ ਬਣਾ ਕੇ ਮੈਨੂੰ ਪਲਾਉਣੇ, ਸੁਬਾਹ ਸ਼ਾਮ ਨੂੰ ਪਿਆਉਂਦੇ ਨੇ ਬਦਾਮ, ਸੁਬਾਹ ਪਲਾਉਣੇ, ਸੁਬਾਹ ਪਿਆਉਂਦੇ, ਸ਼ਾਮ ਨੂੰ ਪਲਾਉਣੇ, ਅਤੇ ਉਹਨੇ ਮੇਰੀ ਬੜੀ ਖਿਦਮਤ ਕੀਤੀ, ਉਹਨੇ ਵੀ ਬੜਾ ਸਾਥ ਦਿੱਤਾ, ਪਰ ਲੋਕਾਂ ਨੇ, ਭਰਾਵਾਂ ਨੇ ਮੇਰੇ ਨਾਲ, ਸਾਰਿਆਂ ਨੇ ਮੇਰਾ ਸਾਥ ਦਿੱਤਾ, ਵਧੀਆ ਆਪ ਆਪਣੇ ਗਾਉਂਦੇ ਨੇ, ਵਧੀਆ ਗਾਉਂਦੇ ਨੇ ਸਾਰੇ, ਠੀਕ ਨੇ। ਜਿਸ ਤਰ੍ਹਾਂ ਸਰ ਤੁਸੀਂ ਆਪਣੀ ਮੈਰਿਡ ਲਾਈਫ ਦੀ ਗੱਲ ਕੀਤੀ, ਹਾਂਜੀ ਹਾਂਜੀ, ਤੁਹਾਡੇ ਬੱਚੇ ਕਿੰਨੇ ਨੇ, ਉਹਨਾਂ ਦੇ ਬਾਰੇ ਦੱਸੋ ਕਿ ਉਹ ਵੀ ਇਸ ਫੀਲਡ ਦੇ ਵਿੱਚ ਨੇ ਕਿ ਜਾਂ ਨਹੀਂ? ਹਾਂਜੀ, ਮੇਰਾ ਬੇਟਾ ਹੈ ਆਬਿਦ ਹੁਸੈਨ, ਓਕੇ, ਅਤੇ ਉਹ ਰਿਆਜ਼ ਕਰਦਾ ਵਧੀਆ ਢੰਗ ਨਾਲ, ਰਿਆਜ਼ ਕਰਦਾ ਔਰ ਸ਼ਾਇਰ ਵੀ ਹੈ, ਓਕੇ, ਸ਼ਾਇਰੀ ਬੜੀ ਅੱਛੀ ਕਰ ਰਿਹਾ ਉਹ, ਅਤੇ ਹਜ਼ਰਤ ਅਲੀ ਦੇ ਕਲਾਮ
बाबा फरीद के कलाम, हज़रत गौस पाक का कलाम, जिन्हें गुरुआ के पीर के वो कलाम लिखता है, एक लिखा हुआ नज़ारा लेना इश्के का, सारे सूफी लिखता है जी, बड़ा अच्छा लिखता है, सोने यार में सामने बैठा के नज़ारा लेना इश्के का, उन्होंने आप लिख दिया, बहुत बड़ा प्यार लिख दिया। ठीक है, तो शौक है कि नहीं कुछ लिख दियो? ना मैनू ये नहीं आया, मैनू लिखना नहीं आया, मैनू ठीक है, मैं राइटरी नहीं कर सकता। ओके, ते मैं तो मेरा बेटा लिख दें, मैं गा देना वाल। ओके, वो पाकिस्तान तो भी भेज देंगे कलाम अच्छे अच्छे, ते होर इधर जिहड़े अपने इंडिया के शहर ने वो चंगे चंगे कलाम भेजते हैं, जिस तरह बेटा बैठा मनीत है, मनीत लिया मैं कलाम लिया भी आ गाओ जी, हम एक मूवी अस करनी है मेरे बेट भाण जी की है बनीत खान, तो दोनों ने एक फिरोज खान वाला होना, तो एक गाना वो किया है, वह भी सूफी। ठीक है, लेकिन आप नहीं लिखता मैं जी। जिस तरह तुसी मूवी की गल की, तुसी बहुत सारी पंजाबी मूवीज़ दे विच भी जड़ा गा चुके हो जी जी, तो रब दा रेडियो दे विच, सरदार मोहम्मद दे ना सारियां दे विच, शहीद मोहब्बत फिल्म दे विच, इन्हां दे बारे दसो किस किस दे विच तुसी मतलब कि गाया, तुहाडा किहड़ा फेवरेट सॉन्ग इन्हां दे विचों? मैनु इश्क लगा मेरे माही का हरेक हरेक मूवी च जा रहा गाना जी, बढ़िया बहुत अच्छा रिस्पोंस, बड़ा अच्छा इस गाने का, रब दे रेडियो दे विच मैं आलाप किए हुए है, सरदार फिल्म च आलाप किए हुए है, ठीक है, ते दिल परदेसी हो गया उहदे च मूवी दे विच ही आ, ते होर कुड़ी रब दे रेडियो सारे किए ने, जिहड़े सारे वधिया अच्छे होए ने, रिकॉर्ड बड़े अच्छे होए ने, मैनु मेरी जिहड़ी फेवरेट दी गल है ना, मेरे सारे जिहड़े मेरे गाए ने मैनु सारे फेवरेट ने, कवाली दा सूफी गाण दे विच, पर कुछ नहीं पता भी स्टेज पर की स्टेज पर की गाना की हो जाए, ये जे तो इदा जाता है कित भी गा जाके, तो लाइव गा कि मर्जी गा, पर इदा करके जा स्टेज पर तेरी इज्जत फिर होगी नहीं नहीं रही, माण नहीं, ये माण माण का कम भी नहीं, रब न मना हौली हौली मनता, बिल्कुल फिर तो लोगों की दुआ एड्डी है ना पंजाब के, इन्नी दुआ देंगे ने मैनू भी मैं दुनिया का भी देन नहीं दे सकता जी, इन्ने लोग मेरे से खुश ने, पूरा इंडिया खुश है, कनेडा अमेरिका इंग्लैंड यूरोप सारे मैं जाना गाउन प्रोग्राम करना, लेकिन सारे मतलब खुश होंगे ने, दुआ देंगे ने, वो दुआ दे असर नाल मैं बैठा इत्थे, बुजुर्गों दी दुआ दरगाह ही प्रोग्राम करते हैं असीं दरगाह ते, उन्हां लोगों दियां मैनू अधरंग हो गया सी, सज्जे सज्जे पासे अधरंग हो गया, लोगों ने दुआ नाल ही उठा लिया मैनू अजे तक याद हो स्पेशल फैन मिलिया हो अजे तक ना भुलिया हो इंग्लैंड इंग्लैंड बैठे खाना खुना खान गए ਉਹ ਇੰਨਾ ਵਧੀਆ ਬੰਦਾ ਦੇਖਿਆ ਅਦਬਦਾਰ ਅਦਬ ਮਿਲਿਆ ਲੇਕਿਨ ਜਿੱਦਾਂ ਫਿਰੋਜ਼ ਖਾਨ ਮੇਰਾ ਬੇਟਾ ਅਦਬ ਕਰਦਾ ਨਾ ਤਾਂ ਬਹੁਤ ਬਹੁਤ ਅਦਬੀ ਕਲਾਕਾਰ ਹੈ ਕਲਾਕਾਰ ਬਣ ਗਿਆ ਦੁਆ ਨੇ ਬਣਾ ਤਾ ਬਿਲਕੁਲ ਅਸੀਂ ਦੁਆ ਦਿੰਦੇ ਸੀ ਵੀ ਮੇਰਾ ਬੇਟਾ ਸ਼ਗਿਰ ਮੇਰਾ ਕੰਮ ਹੈ ਹੋਵੇ ਹਾਂ ਇੰਗਲੈਂਡ ਦੀ ਗੱਲ ਕਰਦੇ ਸੀ ਮੈਂ ਉਹਨਾਂ ਨੂੰ ਇੱਦਾਂ ਬੈਠ ਕੇ ਜਾ ਕੇ ਮੇਰੇ ਜਦ ਪੰਜਾਬੀ ਬੋਲਦਾ ਦੇਖਿਆ ਉਹਨਾਂ ਨੇ ਕਹਿੰਦੇ ਜੀ ਤੁਸੀਂ ਸਰ ਤੁਸੀਂ ਕਿੱਥੋਂ ਕੌਣ ਮੈਂ ਜੀ ਮੇਰੇ ਨਾਲ ਸ਼ੌਕਤ ਅਲੀ ਮਤੋਈ ਹੈ ਅਤੇ ਮੈਂ ਗਾਇਕਾ ਸੂਫੀ ਕਹਿਗਾ ਅੱਛਾ ਅੱਛਾ ਤੁਸੀਂ ਕਿਹਾ ਕਿਹੜੇ ਘਰਾਣੇ ਨੂੰ ਥੱਲੋਂ ਕਰ ਰੱਖਦੇ ਹੋ ਕਹਿੰਦੇ ਜੀ ਮਹਾਂ ਮੇਰੇ ਗੁਰੂ ਖਾਨ ਸਾਹਿਬ ਉਸਤਾਦ ਖਾਨ ਸਾਹਿਬ ਆਕਰ ਹੁਸੈਨ ਉਹ ਕੁਰਸੀ 'ਤੇ ਉੱਠ ਖੜਿਆ ਓਕੇ ਮੈਂ ਬੈਠ ਯਾਰ ਕਹਿੰਦੇ ਯਾਰ ਤੁਸੀਂ ਖਬਰ ਹੈ ਕੀ ਹੋ ਜਦੋਂ ਐਡੇ ਵੱਡੇ ਗੁਰੂ ਦਾ ਨਾਂ ਲਿਆ ਤੁਸੀਂ ਖਬਰ ਹੈ ਕੀ ਹੋਵੋਗੇ ਫਿਰ ਉਹਨਾਂ ਨੇ ਮੇਰਾ ਗਾਣਾ ਸੁਣਿਆ ਉਹ ਘੱਟੋ ਘੱਟ ਮੇਰੇ ਖਿਲਾਫ ਅੱਧਾ ਘੰਟਾ ਰੋਇਆ ਬੈਠ ਕੇ ਅੱਛਾ ਇੱਦਾਂ ਦਾ ਮੈਂ ਗਾਣਾ ਨਹੀਂ ਸੁਣਿਆ ਓਕੇ ਇਹ ਪਟਿਆਲੇ 'ਚ ਮਿਲਿਆ ਉਹ ਖਾਨ ਸਾਹਿਬ ਗੁਲਾਮ ਅਲੀ ਸਾਹਿਬ ਦਾ ਸ਼ਗਿਰ ਸੀ
ਉਹ ਵੀ ਸ਼ਾਗਿਰਦਾਂ 'ਚ ਸੀਗੀ ਅਤੇ ਉਹ ਵੀ ਪਟਿਆਲੇ 'ਚ ਸੀਗਾ ਅਤੇ ਜਾਣੀ ਉਹ ਬੰਦਾ ਮੈਨੂੰ ਵੀ ਇੰਨਾ ਪਿਆਰਾ ਲੱਗਿਆ ਉਹ ਹੁਣ ਤੱਕ ਨਹੀਂ ਭੁੱਲਿਆ ਅਵਾਰਡ ਨਹੀਂ ਭੁੱਲਿਆ ਰੱਬ ਨੇ ਅਵਾਰਡ ਵੀ ਦਿੱਤੇ ਜੀ ਠੀਕ ਨਹੀਂ ਅਤੇ ਜਿਹੜੇ ਕੰਮ ਦੇ ਅਸੀਂ ਲਾਇਕ ਨੇ ਉਹ ਵੀ ਮਿਲੇ ਜੀ ਅਵਾਰਡ ਵੀ ਦਿੱਤੇ ਰੱਬ ਨੇ ਠੀਕ ਨੇ ਸ਼ਾਗਿਰਦ ਵੀ ਵਧੀਆ ਵਧੀਆ ਮਿਲੇ ਜੀ ਨੇਕ ਸ਼ਾਗਿਰਦ ਜਿਹੜੇ ਯਕੀਨ ਰੱਖਦੇ ਨੇ ਬਿਲਕੁਲ ਜੀ ਬਿਲਕੁਲ ਜਿਸ ਟਾਈਮ ਤੁਸੀਂ ਸ਼ਾਗਿਰਦ ਦੀ ਗੱਲ ਕੀਤੀ ਤੁਹਾਡੇ ਬਹੁਤ ਸਾਰੇ ਰਹੇ ਜਿਵੇਂ ਕਿ ਫਿਰੋਜ਼ ਖਾਨ ਵਕੀਲ ਖਾਨ ਇਹਨਾਂ ਦੇ ਬਾਰੇ ਦੱਸੋ ਕੌਣ ਕੌਣ ਰਿਹਾ ਤੁਹਾਡਾ ਸ਼ਾਗਿਰਦ ਅਤੇ ਵਕੀਲ ਖਾਨ ਵੀ ਇਹ ਵੀ ਸ਼ਾਗਿਰਦ ਹੈ ਜੀ ਅਤੇ ਫਿਰੋਜ਼ ਖਾਨ ਤਾਂ ਕਾਫੀ ਦੇਰ ਦਾ ਹੈ ਨਾ ਸ਼ਾਗਿਰਦ ਠੀਕ ਨੇ ਬਾਕੀ ਸ਼ੌਕਤ ਦੀਵਾਨਾ ਅਤੇ ਮਨੀਰ ਖਾਨ ਜੀ ਮੈਂ ਕਿੰਨੇ ਕਿੰਨੇ ਨਾਂ ਲੈ ਜਾਵਾਂ ਜੀ ਬਹੁਤ ਟਾਈਮ ਲੱਗ ਜਾਣਾ ਫਿਰ ਓਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੱਸੋ ਠੀਕ ਨਹੀਂ ਕੀ ਹੈ ਸ਼ਨੀ ਕੁਮਾਰ ਉਹ ਵੀ ਮੇਰਾ ਸ਼ਾਗਿਰਦ ਇੱਕ ਹੋਰ ਸ਼ਨੀ ਉਹ ਵੀ ਮੇਰਾ ਸ਼ਾਗਿਰਦ ਜਿਹੜੀ ਮੇਰੇ ਹਿਸਾਬ ਨਾਲ 100-150 ਤੱਕ ਹੋਊਗਾ ਸ਼ਾਗਿਰਦ ਠੀਕ ਹੈ ਅਤੇ ਉਹ ਬੜੇ ਆਨੰਦ ਨਾਲ ਰੋਟੀ ਖਾ ਰਹੇ ਨੇ ਪਟਿਆਲਾ ਘਰਾਣਾ ਇੱਕ ਐਸੀ ਚੀਜ਼ ਹੈ ਫਕੀਰਾਂ ਦੀ ਗੱਦੀ ਹੈ ਇਹ ਜਿਹੜਾ ਇਸ ਘਰਾਣੇ 'ਚ ਸ਼ਾਗਿਰਦ ਹੋ ਜਾਂਦਾ ਬਿਲਕੁਲ ਉਹ ਰੋਟੀ ਖਾਣ ਜੋਗਾ ਹੋ ਜਾਂਦਾ ਉਹ ਰੋਟੀ ਖਾਣ ਲੱਗ ਜਾਂਦਾ ਜੀ ਬਿਲਕੁਲ ਕਹਿਣ ਦਾ ਮਤਲਬ ਕੰਮ ਕਰਨ ਲੱਗ ਜਾਂਦਾ ਉਹਨੂੰ ਕੁਛ ਮਿਲਦਾ ਬਿਲਕੁਲ ਇੱਕ ਹੁਣ ਮੇਰੇ ਘਰ 10 ਦਿਨ ਦੀ ਗੱਲ ਹੈ ਮੇਰਾ ਸ਼ਾਗਿਰਦ ਹੋਣ ਵਾਸਤੇ ਆਇਆ ਕਹਿੰਦਾ ਜੀ ਮੈਂ ਤੁਹਾਡੇ ਨਾਲ ਤੁਹਾਡਾ ਸ਼ਾਗਿਰਦ ਹੋਣਾ ਮੈਂ ਕੀ ਲੈਣਾ ਮੈਂ ਤੂੰ ਮੈਂ ਤੈਨੂੰ ਐਡਰੈਸ ਦਿੰਦਾ ਫਿਰੋਜ਼ ਕੋਲ ਚਲਾ ਜਾ ਉਹਦਾ ਸ਼ਾਗਿਰਦ ਹੋ ਜਾ ਉਹ ਕਹਿੰਦਾ ਨਹੀਂ ਜੀ ਮੈਨੂੰ ਬਾਬਾ ਲਾਡੀ ਸ਼ਾਹ ਨੇ ਕਿਹਾ ਨਕੋਦਰਾ ਲੈਣਾ ਉਹ ਦੁਨੀਆਂ ਤੋਂ ਸਫ਼ਰ ਕਰ ਗਏ ਕਹਿੰਦੇ ਮੈਨੂੰ ਸਵਾ ਦਾ ਉਹਨਾਂ ਉਹ ਲਾਡੀ ਸ਼ਾਹ ਦਾ ਦਰਬਾਰ ਬਹੁਤ ਮਸ਼ਹੂਰ ਹੈ ਮੁਰਾਦ ਸ਼ਾਹ ਦਾ ਨਕੋਦਰ 'ਚ ਬਿਲਕੁਲ ਨਕੋਦਰ 'ਚ ਬਹੁਤ ਮਸ਼ਹੂਰ ਦਰਬਾਰ ਹੈ ਅਤੇ ਉਹ ਲਾਡੀ ਸ਼ਾਹ ਵੀ ਦੁਨੀਆਂ ਤੋਂ ਸਫ਼ਰ ਕਰ ਗਏ ਅਤੇ ਉਹ ਕਹਿੰਦੇ ਮੈਨੂੰ ਸੁਪਨੇ 'ਚ ਕਹਿ ਰਹੇ ਨੇ ਉਹ ਵੀ ਉਹਨਾਂ ਦਾ ਸ਼ਾਗਿਰਦ ਹੋ ਉਹਨਾਂ ਦਾ ਸ਼ਾਗਿਰਦ ਹੋ ਜਾ ਕੇ ਮਤੋਈ ਦਾ ਸ਼ੌਕਤ ਅਲੀ ਮਤੋਈ ਨਾਂ ਲਿਆ ਤੁਹਾਡਾ ਉਹਨਾਂ ਨੇ ਠੀਕ ਹੈ ਸਰ ਕਹਿੰਦਾ ਜੀ ਕਿ ਤਾਂ ਆਇਆ ਮੈਂ ਵੀ ਫਿਰ ਤੂੰ ਬਹੁਤ ਵੱਡੇ ਯਕੀਨ ਵਾਲਾ ਬੰਦਾ ਆ ਜਾ ਜੀ ਬਿਲਕੁਲ ਇੱਕ ਕੁੜੀ 10-15 ਦਿਨ ਬਾਅਦ ਸ਼ਾਗਿਰਦ ਹੋਈ ਤੇਰੇ ਵਰਗੀ ਠੀਕ ਹੈ ਸੱਚੀ ਉਹ ਕਹਿੰਦੀ ਵੀ ਕਹਿੰਦਾ ਗੁਰੂ ਜੀ ਇਕੱਲਾ ਹੀ ਕਹਿ ਦਿਉ ਵੀ ਮੇਰੀ ਸ਼ਾਗਿਰਦਾਂ ਤੂੰ ਠੀਕ ਹੈ ਬਸ ਉਹ ਮੈਂ ਕਿਹਾ ਨਹੀਂ ਰਾਜੇ ਮੈਂ ਖ਼ਬਰ ਹੈ ਤੂੰ ਕਿੱਦਾਂ ਦੀ ਗਾਉਣੀ ਮੈਨੂੰ ਪਤਾ ਜੀ ਮੈਨੂੰ ਤਾਂ ਪਤਾ ਨਹੀਂ ਕਹਿੰਦੇ ਨਹੀਂ ਸੁਣਾ ਮੈਂ ਸ਼ਬਦ ਕਰਨ ਗਿਆ ਸੀਗਾ ਗੁਰਬਾਣੀ ਦਾ ਅਤੇ ਐਸੀ ਲਾਲ ਤੁਸੀਂ ਮੈਨੂੰ ਕੌਣ ਕਰੇ ਅਤੇ ਗੁਰੂ ਰਵਿਦਾਸ ਮਹਾਰਾਜ ਦਾ ਉਹ ਪੌੜੀ ਚੜ੍ਹਦਾ 40-45 ਪੌੜੀਆਂ 'ਤੇ ਉੱਪਰ ਚੜ੍ਹਨ ਨੂੰ ਤਾਂ ਮੈਂ ਸੁਣਾ ਉਹਨੇ ਸੁਣਾਇਆ ਗੁੜੀ ਸੁਰ 'ਚ ਮੈਂ ਮਾਂ ਜਿਉਂਦੀ ਰਹਿ ਪੁੱਤ ਮੈਂ ਮੇਰੀ ਸ਼ਾਗਿਰਦ ਹੀ ਹਾਂ ਬਸ ਉਹ ਕਹਿਣ ਨਾਲ ਹੀ ਉਹਨੂੰ ਯਕੀਨ ਵੱਜ ਗਿਆ ਪਹਿਲਾਂ ਵੀ ਕਹਿੰਦੇ ਗੁਰੂ ਕਾਮਲ ਨਹੀਂ ਯਕੀਨ ਕਾਮਲ ਹੁੰਦਾ ਕਿ ਯਕੀਨ ਨਾਲ ਕੰਮ ਚੱਲਦਾ ਇੱਥੇ ਰੱਬ ਕਿਸੇ ਨੇ ਦੇਖਿਆ ਨਹੀਂ ਬਿਲਕੁਲ ਮਹਿਸੂਸ ਕਰਦੇ ਹਾਂ ਵੀ ਰੱਬ ਨੇ ਕੰਮ ਬਣਾਤਾ ਆ ਬਿਜਲੀ ਦੇਖੀ ਤਾਂ ਨਹੀਂ ਕਿਸੇ ਨੇ ਇੱਕ ਸੁੱਚ ਜਲਾ ਦਿੰਦੇ ਹਾਂ ਆਹ ਜਲ ਪਿਆ ਦੂਸਰੀ ਸੁੱਚ ਲਓ ਪੱਖਾ ਲੱਗ ਗਿਆ ਤੀਸਰੀ TV ਲੱਗ ਗਿਆ ਸੁੱਚਾਂ ਦਾ ਕੰਮ ਲੈਂਦੇ ਹਾਂ ਬਿਜਲੀ ਤਾਂ ਨਹੀਂ ਦੇਖੀ ਕਿਸੇ ਨੇ ਜੇ ਜ਼ਿਆਦਾ ਕੋਈ ਕਾਲਾ ਦੇਖਣਾ ਚਾਹੁੰਦਾ ਇੱਥੇ ਸੁੱਚ 'ਚ ਹੱਥ ਪਾ ਕੇ ਦੇਖ ਲਵੇ ਉਹ ਦੱਸ ਦੂ ਲੇਕਿਨ ਸੁਰ ਵੀ ਮਹਿਸੂਸ ਹੁੰਦਾ ਹਵਾ ਮਹਿਸੂਸ ਹੁੰਦੀ ਹੈ ਰੱਬ ਮਹਿਸੂਸ ਹੁੰਦਾ ਵੀ ਮੇਰਾ ਕੰਮ ਬਣ ਗਿਆ ਯਕੀਨ ਆ ਜਾਵੇ ਨਾ ਇਨਸਾਨ ਨੂੰ ਉਹ ਗਵੱਈਆ ਬਣ ਜਾਂਦਾ ਬਿਲਕੁਲ ਜੇਕਰ ਆਪਾਂ ਹੁਣ ਗੱਲ ਕਰਦੇ ਤੁਹਾਡੇ ਹੈ ਨਾ ਕੰਮ ਦੀ ਤੁਸੀਂ ਅੱਜ ਤੱਕ ਕਾਫੀ ਜਿਹੜਾ ਕੰਮ ਕੀਤਾ ਇੱਕ ਲੰਬਾ ਸਫ਼ਰ ਤੁਹਾਡਾ ਚੱਲਦਾ ਰਿਹਾ ਹੈ ਕਿ ਤੁਸੀਂ ਮਤਲਬ ਕਿ ਸੈਟਿਸਫਾਈ ਹੋ ਤੱਕ ਜਿੰਨਾ ਵੀ ਕੰਮ ਕੀਤਾ ਜਾਂ ਅਜੇ ਵੀ ਤੁਹਾਨੂੰ ਲੱਗਦਾ ਹੈ ਕਿ ਨਹੀਂ ਕੁਛ ਕਮੀ ਰਹਿ ਗਈ ਹੈ ਜਾਂ ਇਹ ਕੰਮ ਅਜੇ ਕਰਨਾ ਹੈ ਮੈਂ ਜੀ ਤੁਹਾਡੇ ਨਾਲ ਗੱਲ ਕਰਨ ਦਾ ਸਾਂਝੀ ਇਹ ਕਮੀ ਤਾਂ ਮੁੱਕਣੀ ਨਹੀਂ ਹੈਗੀ ਬਿਲਕੁਲ ਮੈਂ ਰਹਿੰਦਾ ਰੂਹ ਇੱਕ ਐਸੀ ਚੀਜ਼ ਜੀ ਰੂਹ ਦਾ ਰਿਸ਼ਤਾ ਐਸਾ ਜੀ ਰੂਹ ਕਹਿੰਦੀ ਹੈ ਮੈਂ ਇੱਦਾਂ ਆਵਾਜ਼ ਲਾਵਾਂ ਮੈਂ ਐਂ ਕਰਦਾ ਹੁਣ ਵੀ ਮੈਂ ਐਂ ਕਰਦਾ ਇੱਦਾਂ ਕਰਦਾ ਹੁੰਦਾ ਹੁੰਦਾ ਕੁਛ ਨਹੀਂ ਕਿਉਂ ਜਿੰਨਾ ਹੋ ਗਿਆ ਜਵਾਨੀ ਨਾਲ ਹੀ ਹੁੰਦਾ ਕੰਮ ਸੁਰ ਇਹ ਖੜਦਾ ਸੁਰ ਕੰਮ ਨਾਲ ਹੀ ਖੜਦਾ ਜੇ ਜਾਨ ਨਾਲ ਜੇ ਜਾਨ ਹੈ ਤਾਂ ਜਾਨ ਹੈ ਬਿਲਕੁਲ ਜਦ ਆਪਾਂ ਗਾਵਾਂਗੇ ਜਦ ਉਮਰ ਜ਼ਿਆਦਾ ਹੋ ਜਾਂਦੀ ਹੈ ਫਿਰ ਗਾਣਾ ਵੀ ਘਟਣਾ ਸ਼ੁਰੂ ਹੋ ਜਾਂਦਾ ਲੇਕਿਨ ਰੂਹ ਐਸੀ ਹੈ ਇਹ ਰੂਹ ਨਹੀਂ ਬੁੜੀ ਹੁੰਦੀ ਰੂਹ ਕਹਿੰਦੀ ਹੈ ਮੈਂ ਇੱਦਾਂ ਕਰ ਦੇਵਾਂ ਇਹ ਸੁਰ ਨੂੰ ਐਂ ਕਰਦਾ ਫੋਨ ਤੇ ਪੁੱਛ ਲੈਂਦੇ ਨੇ ਕਿੱਦਾਂ ਗਾਉਣਾ ਇਹਦੀ ਨਿਊਟ੍ਰੀਸ਼ਨ ਕੀ ਹੈ ਸਰਗਮ ਕੀ ਹੈ ਰਾਗ ਕਿਹੜਾ ਹੈ ਉਹ ਜਿੰਨਾ ਕੁ ਮੈਨੂੰ ਆਉਂਦਾ ਮੈਂ ਦੱਸ ਦਿੰਦਾ ਕਹੋ ਕੇ ਮੈਂ ਖੁਸ਼ ਨਹੀਂ ਲੱਗਦਾ ਆਪਣੇ ਕੋਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੀ ਪਲਾਨ ਨੇ ਅੱਗੇ ਕੀ ਕਰਨ ਵਾਲੇ ਹੋ ਤੁਸੀਂ ਹੁਣ ਅੱਗੇ ਮੈਂ ਹੁਣ ਸਟੂਡੀਓ ਵਿੱਚ ਬੈਠੇ ਨੂੰ ਲਾ ਕੇ ਦਿੱਤਾ ਓਕੇ ਅਲਫਨ ਸਟੂਡੀਓ ਜੀ ਸਟੂਡੀਓ ਦਾ ਨਾਂ ਹੈ ਹੁਣ 12-13-14 ਤਰੀਕ ਨੂੰ ਅਤੇ ਉਹ
उद्घाटन करना है, 17 गाने रिकॉर्ड करने हैं, मूवी बनानी है जी। ते ओ फिल्म सिटी बुक की भी है, तो हूँ आ प्लान चलता साढ़ा। ठीक है, हूँ बेटे को क्या करते हैं, 5-7 गाने बेटे दे, 10-15 गाने मेरे ने। ओके, तो नहीं नहीं वो गल थोड़ी बिल्कुल सही है जी। ते डूब कर भी दरिया से प्यासा निकला। हाँ जी बिल्कुल, लेकिन प्यास नहीं बुझदी, प्यास नहीं ना बुझदी, भी मैं हूँ आ करदा, बच्चे खतरा करदा, आ करदा, आ करदा, वो गल्ला नहीं मुकदियाँ जी। तो वह गल्ला तो नवी नवी उठद ने, बंदे पता तो 5 मिनट का नहीं पता भी की हो जाए। बिल्कुल, लेकिन सोचना है तो भी मैं आ भी करके जावा, आ भी करना, आ भी करना, लेकिन प्यास नहीं बुझदी। बिल्कुल जी, जिस तरह के अजकल के सिंगरस ने कितने ना कि अपने ना पंजाबी विरसे छड के कितने ना कि लचरता गायकी ज्यादा अपना रहे हैं, की कहना चाहोगे तुसी? देखो मैडम, मैं किसी को बुरा नहीं कह सकता जी, क्यों खबर मेरे शागिर्दां च ही हुण कोई। अच्छा, पर मैं शागिर्दां नूं भी यही कहना भी गाने नूं विरसे नूं संभाल के रखो जी, इहनूं इह च खलारा ना पाओ। जिहड़ा सोहरा 10 ਘੰਟਿਆਂ ਵੀ ਕੀ ਹੈ, ਬਿਲਕੁਲ ਛਾਲਾਂ ਮਾਰ ਮਾਰ ਉੱਚੀ ਉੱਚੀਆਂ ਛਾਲਾਂ ਮਾਰ ਮਾਰ ਗਾਉਂਦੇ ਆ ਹੈ ਜੀ, ਔਰ ਸੁਰ ਦਾ ਵੀ ਸੁਰ ਦੇ ਕੋਲੇ ਹੀ ਨਹੀਂ ਹੈਗੇ। ਬਿਲਕੁਲ ਉਹੀ ਤੇ ਚੀਜ਼ ਆ, ਉਹਨਾਂ ਨੂੰ ਪਤਾ ਹੀ ਨਹੀਂ ਗਾਉਣਾ ਕਿੱਦਾਂ ਸੁਰ ਕੇ, ਉਸ ਚੀਜ਼ ਦੀ ਬਿਲਕੁਲ ਕੋਈ ਨੌਲੇਜ ਨਹੀਂ ਹੈਗੀ, ਤੇ ਆਪਣੇ ਚਿਹੜੇ ਲੱਗੇ ਹੋਏ ਨੇ, ਇੱਕ ਫਿਰ ਲਾਈਵ ਪਰਫਾਰਮੈਂਸ ਨਹੀਂ ਕਰ ਪਾਉਂਦੇ, ਇੱਕ ਮੈਂ ਕਿਸ ਕਿਤੇ ਨਾ ਕਿਤੇ ਸਾਡਾ ਅੱਜ ਦਾ ਜਿਹੜਾ ਯੂਥ ਹੈ ਨਾ ਇੱਕ ਅਲੱਗ ਹੀ ਟਰੈਕ ਤੇ ਚੱਲ ਪਿਆ ਆ, ਤੇ ਮੈਂ ਉਹਨਾਂ ਨੂੰ ਸ਼ੇਰ ਤੋਂ ਵੀ ਨਹੀਂ ਕਰਦਾ ਜੀ, ਮੈਂ ਸੁਣ ਕੇ ਹੀ ਕਰਦਾ ਜੀ। ਬਿਲਕੁਲ, ਤੇ ਉਹਨਾਂ ਨੂੰ ਅਸੀਂ ਤਾਂ ਮੈਂ ਕਹਿੰਦਾ ਵੀ ਇਹੀ ਇਹੋ ਹੀ ਚਾਹੀਦਾ ਵੀ ਤੁਸੀਂ ਸਾਫ਼ ਸੁਥਰੀ ਗਾਇਕੀ ਗਾਓ। ਬਿਲਕੁਲ, ਉਹਦੇ ਵਿੱਚ ਆਨੰਦ ਮਿਲੂ ਤੁਹਾਨੂੰ, ਉਹਦੇ ਵਿੱਚ ਪਰਮਾਤਮਾ ਵੀ ਸਹਾਈ ਹੈ ਜੀ। ਤੁਹਾਨੂੰ ਅਸੀਂ ਗਾਉਂਦੇ ਹਾਂ ਸੂਫੀ ਗਾਣ, ਸਾਨੂੰ ਰੋਟੀ ਨਹੀਂ ਮਿਲਦੀ ਸੀ, ਵਧੀਆ ਖਾਂਦੇ ਹਾਂ, ਹੈਂ ਰਿਆਜ਼ ਕਰਦੇ ਹਾਂ, ਬਹੁਤ ਆਨੰਦ ਦੇ ਵਿੱਚ ਹਾਂ, ਕੋਈ ਗੱਲ ਨਹੀਂ, ਇੱਦਾਂ ਦੀ ਸਾਨੂੰ ਲੋੜ ਹੀ ਨਹੀਂ ਪੈਂਦੀ। ਤੁਹਾਨੂੰ ਦੱਸ ਵੀ ਇੰਗਲੈਂਡ ਦੇ ਵਿੱਚ ਵੀ ਮੈਂ ਲੋਕ ਆਪ ਮਗਰ ਲਾਏ ਜੀ, ਅਤੇ ਉਹਨਾਂ ਨੂੰ ਮੈਂ ਸੋਹਣੀ ਦਾ ਕੜਾ ਸੁਣਾ ਰਿਹਾ ਹਾਂ। ਕੰਡੇ ਉੱਤੇ ਮੈਂ ਤਾਂ ਕਦੋਂ ਦੀ ਖੜੀ, ਕੰਡੇ ਉੱਤੇ ਮੈਂ ਰਮਾਵੇ ਮੈਂ ਕਦੋਂ ਦੀ ਖੜੀ, ਕੰਢੇ ਉੱਤੇ ਮੈਂ ਮਾਵੇ ਵੇ ਮੈਂ ਕਦੋਂ ਦੀ ਖੜੀ, ਦਿਲ ਵਿੱਚ ਸ਼ੌਕ ਮਿਲਣ ਦਾ ਹਾਏ ਵੇ ਮਿਲਣ ਦਾ, ਦਿਲ ਵਿੱਚ ਸ਼ੌਕ ਮਿਲਣ ਦਾ, ਹਨੇਰੀ ਇਸ਼ਕ ਦੀ ਚੜੀ ਚੜੀ ਵੇ ਕੰਢੇ ਉੱਤੇ ਮੈਂ ਮਾਵੇ ਵੇ ਮੈਂ ਕਦੋਂ ਦੀ ਖੜੀ। ਇਹ ਐਸਾ ਹੈ ਨਾ, ਇਹ ਕਹਾਣੀ ਕਰਕੇ ਗਾਇਆ ਜਾਂਦਾ ਹੈ ਵੀ ਸੋਹਣੀ ਕੌਣ ਹੈ, ਕੜਾ ਕਿਹੜਾ, ਰੂਹ ਅਰ ਬੁੱਧਾ ਝਗੜਾ ਬਣਾ ਕੇ ਗਾਉਣਾ ਇਹਨੂੰ। ਸੋਹਣੀ ਇੱਕ ਰੂਹ ਹੈ ਇਨਸਾਨ ਦੀ, ਕੜਾ ਇੱਕ ਵਜੂਦ ਹੈ, ਜਦ ਸੋਹਣੀ ਵਿੱਚੋਂ ਨਿਕਲ ਜਾਣੇ ਆ ਮਗਰੋਂ ਖਾਲੀ ਕੜਾ ਹੀ ਰਹਿ ਜਾਂਦਾ, ਅਤੇ ਇਸ ਕਰਕੇ ਇਹਨੂੰ ਬਜ਼ਾਤ ਕਰਕੇ ਉਹਨੂੰ ਲੋਕਾਂ ਨੂੰ ਦੱਸ ਕੇ ਇਹ ਕੜਾ ਗਾਇਆ ਜਾਂਦਾ, ਇਹਦਾ ਬੜਾ ਅਸਰ ਪੈਂਦਾ ਦੁਨੀਆਂ 'ਤੇ। ਫਿਰ ਜਿਸ ਤਰ੍ਹਾਂ ਕਿ ਅਸੀਂ ਗੱਲ ਕਰ ਰਹੇ ਸੀ ਸ਼ੌਕਤ ਅਲੀ ਜੀ ਨਾਲ ਸਿੰਗਰਸ ਦੇ ਬਾਰੇ, ਅੱਜ ਕੱਲ੍ਹ ਦੇਖੀਏ ਨਾ ਕਿਤੇ ਨਾ ਕਿਤੇ ਸਿੰਗਰਸ ਨੇ ਜ਼ਿਆਦਾਤਰ ਗਾਣੇ ਆਉਂਦੇ ਨਸ਼ਿਆਂ 'ਤੇ, ਸ਼ਰਾਬ 'ਤੇ, ਸਮਗਲਿੰਗ ਜਾਂ ਫਿਰ ਗੋਲੀਬਾਰੀ, ਅਤੇ ਇਹਨਾਂ ਦੇ ਕਰਕੇ ਕਿਤੇ ਨਾ ਕਿਤੇ ਅੱਜ ਕੱਲ੍ਹ ਦੇ ਵਿਆਹਾਂ ਸ਼ਾਦੀਆਂ ਦੇ ਉੱਪਰ ਵੀ ਫੁਕਰਪੁਣਾ ਜ਼ਿਆਦਾ ਦੇਖਣ ਨੂੰ ਮਿਲਦਾ, ਗੋਲੀ ਚੱਲ ਗਈ, ਕਿਸੇ ਨਾ ਕਿਸੇ ਦੀ ਮੌਤ ਹੋ ਗਈ, ਇਹ ਚੀਜ਼ਾਂ ਨੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਸਾਡੇ ਆਮ ਜਿਹੇ ਲੋਕ ਨਾ ਸਿੰਗਰਾਂ ਨੂੰ ਤਾਂ ਫੋਲੋ ਕਰ ਹੀ ਰਹੇ ਨੇ, ਨਾਲ ਦੇ ਨਾਲ ਉਹਨਾਂ ਦੇ ਗਾਣਿਆਂ ਨੂੰ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਫੋਲੋ ਕਰ ਰਹੇ ਨੇ। ਦੇਖੋ ਮੈਡਮ, ਜਿਹੜਾ ਇੱਕ ਨੇ ਸੁਰ ਦੀ ਗੱਲ ਕੀਤੀ ਹੈ ਨਾ, ਇਹਨਾਂ ਗਾਣਿਆਂ ਦੀ ਗੱਲ ਕੀਤੀ ਹੈ ਨਾ ਜੀ, ਅਤੇ ਇਹ ਮੰਨਣਾ ਤਾਂ ਇਹਨਾਂ ਨੇ ਆਇਆ ਨਹੀਂ, ਲੇਕਿਨ ਇਹਨਾਂ ਨੇ ਸਾਨੂੰ ਇੰਨਾ ਦੇ ਰਿਹਾ ਵੀ ਗਾਣਾ ਬਹੁਤ ਸੁਖਾਲਾ ਹੈ, ਇਹਨੂੰ ਸੁਖਾਲਾ ਮੰਨ ਲਿਆ ਅਤੇ ਮੰਨਿਆ ਕਿ ਰੱਬ ਹੈ ਜੀ, ਨਜ਼ਦੀਕ ਨਹੀਂ ਮੰਨਦੇ ਇਹ, ਅਸੀਂ ਕਹਿੰਦੇ ਨਜ਼ਦੀਕ ਹੈ, ਨਾਲ ਸੁਣ ਰਿਹਾ, ਆਪ ਬੋਲ ਰਿਹਾ, ਲੇਕਿਨ ਅਤੇ ਅਸੀਂ ਨਹੀਂ ਨੂੰ ਚੰਗਾ ਸਮਝ ਸਕਦੇ। ਬਿਲਕੁਲ, ਲੇਕਿਨ ਵੀ ਇਹਦੀ ਇੱਜ਼ਤ ਕਰਨ, ਲੋਕ ਗਾਇਕੀ ਦੀ ਇੱਜ਼ਤ ਕਰਨ ਨੂੰ ਹਟ ਗਏ। ਬਿਲਕੁਲ, ਵੀ ਚੱਲ ਬਸ ਯਾਰ ਸ਼ੌਕਤ ਅਲੀ ਮਜ਼ੂਰੀ ਦੇ ਰਹਿਣ ਦੇ ਸ਼ਾਗਿਰਦ ਨਹੀਂ ਹੋਣਾ, ਬਸ ਐਂ ਚੱਲਦਾ ਕੰਮ, ਉਹੀ ਤਾਂ ਗੱਲ ਸਿੱਖਦੇ ਨਹੀਂ, ਰਿਆਜ਼ ਨਹੀਂ ਕਰਦੇ, ਚੀਜ਼ ਹੈ ਨਹੀਂ, ਅੱਜ ਦੇਖਣ ਨੂੰ ਨਹੀਂ ਮਿਲਦੀ ਇਹਨਾਂ ਦੇ ਵਿੱਚ। ਫਿਰ ਮੇਰੇ ਕੋਲ ਕਈ ਕਈ ਫੋਨ ਆਉਂਦੇ ਨੇ, ਉਸਤਾਦ ਜੀ ਗਲਾ ਦੱਬ ਗਿਆ ਕੀ ਕਰਾਂ, ਹੁਣ ਮੈਂ ਕੀ ਦੱਸਾਂ ਵੀ ਕੀ ਕਰਾਂ, ਉਹ ਜਦ ਤਾਂ ਰਿਆਜ਼ ਹੀ ਨਹੀਂ ਕਰਨਾ, ਮੈਂ ਕੀ ਦੱਸਾਂ, ਠੀਕ ਹੈ ਨਹੀਂ ਜੀ, ਜੇ ਰਿਆਜ਼ ਕਰੂਗਾ ਉਹਦਾ ਗਲਾ ਦੱਬਦਾ ਹੀ ਨਹੀਂ, ਤਾਂ ਮੈਂ ਤਾਂ ਹਾਸੇ 'ਚ ਵੀ ਕਹਿ ਦਿੰਦਾ ਫਿਰ ਮਗਾ ਚਾਰ ਖਾਲਾ ਸੈੱਟ ਹੋ ਜਾਏਗਾ। ਠੀਕ ਹੈ,
ਪਰ ਲੋਕ ਅਚਾਰ ਵੀ ਖਾ ਜਾਂਦੇ ਨੇ, ਯਕੀਨ ਵੀ ਇਹਨਾਂ ਨੇ ਕਿਹਾ ਠੀਕ ਹੈ। ਲੇਕਿਨ ਕਹਿਣ ਦਾ ਮਤਲਬ ਗਾਇਕੀ ਨੂੰ ਬਹੁਤ ਸਖਾਲਾ ਸਮਝ ਲਿਆ ਜੀ, ਲੇਕਿਨ ਮੁਰਸ਼ਦ ਨੂੰ ਰੱਬ ਨੂੰ ਪਾਉਣਾ ਬਹੁਤ ਔਖੀ ਗੱਲ ਹੈ, ਸੁਨਿਆਰੇ ਦੇ ਆਮ ਨਹੀਂ ਜਾਂਦਾ ਕੋਈ, ਬਿਲਕੁਲ ਕੋਈ ਦਿਲ ਵਾਲੇ ਜਾਊ ਜ਼ੋਰੀ ਦੁਕਾਨ ਤੇ, ਬਿਲਕੁਲ ਐਵੇਂ ਤਾਂ ਨਹੀਂ ਜਾਂਦਾ। ਹਾਂ, ਜਿਹੜਾ ਇੱਜ਼ਤ ਕਰਦਾ, ਜਿਹਦੀ ਅੱਖਾਂ 'ਚ ਆਂਸੂ ਨੇ ਸੁਰ ਬਾਰੇ, ਵੀ ਕਿਸਨੇ ਸੁਰ ਵਾਲੀ ਗੱਲ ਕਹਿਤੀ ਵੀ ਆਹ ਕਿਆ ਬਾਤ ਹੈ ਇੱਥੇ ਵੱਜੀ, ਉਹਦੀ ਅੱਖਾਂ 'ਚ ਪਾਣੀ ਆ ਜਾਊ, ਉਹ ਤਾਂ ਦਰਦ ਵਾਲਾ ਬੰਦਾ ਜਿਹਦੇ ਉਹਨੇ ਕੀ ਗਾਉਣਾ ਜਿੱਦਾਂ ਪਹਿਲਾਂ ਹੀ ਮਸੂਰਾ ਗਾਉਂਦਾ, ਬਿਲਕੁਲ ਉਹਦਾ ਦਰਦ ਅੰਦਰ ਕਿੱਥੇ ਹੋ ਸਕਦਾ ਜੀ। ਲੇਕਿਨ ਮੈਂ ਬੇਨਤੀ ਕਰਦਾ ਸਾਰੇ ਜਿੰਨੇ ਵੀ ਦਰਸ਼ਕ ਦੇਖਦੇ ਨੇ, ਇਹ ਟੀ ਵੀ ਨੂੰ ਦੇਖਦੇ ਨੇ, ਚੈਨਲ ਦੇਖਦੇ ਨੇ, ਅਤੇ ਸਾਰੇ ਨੂੰ ਬੇਨਤੀ ਕਰਦਾ ਤੁਸੀਂ ਸਾਫ਼ ਸੁਥਰੀ ਗਾਇਕੀ ਗਾਓ, ਬਹੁਤ ਅੱਛਾ ਆਨੰਦ ਮਿਲੇਗਾ ਤੁਹਾਨੂੰ ਜੀ। ਅਤੇ ਜਿਹੜੇ ਸ਼ੌਕਤ ਅਲੀ ਜੀ, ਤੁਸੀਂ ਹੁਣ ਮਤਲਬ ਕਿ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਜਿਹੇ ਕਲਾਕਾਰਾਂ ਨੂੰ ਜਿਹੜੇ ਕਿ ਇਸ ਲਾਈਨ ਦੇ ਵਿੱਚ ਸਟਰਗਲ ਕਰ ਰਹੇ ਨੇ, ਕਿਤੇ ਨਾ ਕਿਤੇ ਸਿੰਗਿੰਗ ਦੇ ਵਿੱਚ ਉਹਨਾਂ ਪਲੇਟਫਾਰਮ ਨਹੀਂ ਮਿਲ ਪਾ ਰਿਹਾ, ਤਾਂ ਉਹਨਾਂ ਦਾ ਸਟਰਗਲ ਚੱਲ ਰਿਹਾ ਹੈ, ਕੀ ਕਹਿਣਾ ਚਾਹੋਗੇ ਇਹਨਾਂ ਨੂੰ? ਅਤੇ ਉਹਦਾ ਤਾਂ ਕੋਈ ਕਿਸਮਤ ਦਾ ਹਿਸਾਬ ਤੌਰ ਵੀ ਹੈ ਨਾ, ਵੀ ਬੰਦਾ ਸਰਚ ਹੈ, ਅੱਗੇ ਮਾਰਕੀਟ 'ਚ ਨਹੀਂ ਆ ਰਿਹਾ, ਉਹਦੇ 'ਤੇ ਗਰੀਬੀ ਵੀ ਹੈ, ਉਹਨੂੰ ਮਾਰਕੀਟ 'ਚ ਲਿਜਾਣ ਵਾਲਾ ਵੀ ਕੋਈ ਉਹਦੇ ਨਾਲ ਸਾਥੀ ਬਣ ਜਾਣਾ ਤਾਂ ਵੀ ਉਹਦੀ ਕਿਸਮਤ ਚੌਂਕ ਸਕਦੀ ਹੈ। ਲੇਕਿਨ ਬੰਦਾ ਸਰਚ ਕਰ ਰਿਹਾ ਅਤੇ ਉਹ ਅੱਗੇ ਨਹੀਂ ਆ ਰਿਹਾ, ਉਹ ਕਿਉਂ ਨਹੀਂ ਆ ਰਿਹਾ? ਪਰ ਉਹਦੀ ਕਮਜ਼ੋਰੀ ਵੀ ਹੈ, ਅਤੇ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜੀ, ਸੁੱਕੀਆਂ ਰੋਟੀਆਂ ਖਾ ਕੇ ਰਿਆਜ਼ ਕੀਤਾ ਪਿਆ। ਅੱਛਾ, ਠੀਕ ਹੈ ਨਾ, ਕਿਉਂ? ਗਰੀਬੀ ਦਾ ਆਲਮ ਬਹੁਤ ਸੀਗਾ, ਰੋਟੀ ਖਾ ਲੈਣੀ ਨਹੀਂ ਮਿਲਣੀ, ਪਰ ਰਿਆਜ਼ ਨਹੀਂ ਛੱਡਿਆ ਸੀ ਜੀ। ਉਹੀ ਨੇ ਕਿ ਤੁਹਾਡੇ ਹਾਰਡ ਵਰਕ, ਇੱਕ ਮਿਹਨਤ ਚੱਲਦੀ ਰਹੀ ਉਸ ਚੀਜ਼ ਨੂੰ ਲੈ, ਮਿਹਨਤ ਕਰਦੇ ਰਹੇ ਵੀ ਕਦੇ ਤਾਂ ਰੱਬ ਸੁਣੂਗਾ ਹੀ, ਕਦੇ ਤਾਂ ਰੱਬ ਸੁਣੂਗਾ, ਕਦੇ ਤਾਂ ਰੱਬ ਸੁਣੂਗਾ। ਇੱਕ ਜ਼ਰੂਰ ਹੈ ਵੀ ਹਨੇਰੀ ਆਵੇ, ਤੂਫਾਨ ਆਵੇ, ਜਿੰਨਾ ਮਰਜ਼ੀ ਤੂਫਾਨ ਆ ਜਾਵੇ, ਇੱਕ ਦਿਨ ਸੂਰਜ ਨਿਕਲੂਗਾ, ਬਿਲਕੁਲ, ਮਹੀਨੇ ਬਾਅਦ ਨਿਕਲੇ, 2 ਮਹੀਨੇ ਬਾਅਦ ਨਿਕਲੇ, ਜਾਂ ਮਰਜ਼ੀ ਨਿਕਲੇ ਜੀ, ਠੀਕ ਹੈ ਨਾ। ਪਰ ਇੱਕ ਹੋਰ ਹੈ ਵੀ ਜਦ ਮੰਜ਼ਿਲ ਨੇੜੇ ਰਹਿ ਜਾਂਦੀ ਹੈ ਵੀ ਇੱਥੇ ਕਾ ਗਿਆ, ਉੱਥੇ ਬੰਦਾ ਥੱਕ ਜਾਂਦਾ, ਉੱਥੇ ਥੱਕੇ ਨਾ, ਥੋੜ੍ਹੇ ਅੱਗੇ ਹੋਰ ਹੋ ਜਾਵੇ, ਚੱਲਦਾ ਰਹੇ, ਜਿਸ ਤਰ੍ਹਾਂ ਅੱਲਾਹ ਪਾਕ ਨੇ ਸਾਨੂੰ ਅੱਗੇ ਕੀਤਾ, ਥੋੜ੍ਹਾ ਜਿਹਾ ਕਿਹੋ ਜਿਹੀ ਮੰਜ਼ਿਲ ਆ ਗਈ। ਹੁਣ ਮੇਰਾ ਬੇਟਾ ਖਿੱਚਦਾ ਥੋੜ੍ਹਾ ਜਿਹਾ, ਰਿਆਜ਼ ਕਰਦਾ, ਉਹ ਡੈਡੀ ਗਲਾ ਦਬੀ ਜਾਂਦਾ, ਮੈਂ ਕਿਹਾ ਲੱਗਿਆ ਰਹਿ, ਮੰਜ਼ਿਲ ਨੇੜੇ ਹੀ ਹੈ ਜੀ। ਮੇਰਾ ਜਿਹੜਾ ਗਲਾ ਦਬਿਆ ਸੀਗਾ, 3 ਵਾਰੀ ਦਬਿਆ ਸੀ, 3 ਵਾਰੀ ਉੱਠਿਆ, 3 ਵਾਰੀ ਦਬਿਆ, ਤੇਰਾ 1 ਵਾਰੀ ਦਬਿਆ ਨਾ, ਅਤੇ ਮੇਰਾ 3 ਵਾਰੀ ਘੰਟੀ ਫੁੱਟ ਗਈ, ਗਲਾ ਮੇਰਾ ਖਰਾਬ ਹੋ ਗਿਆ। ਪਰ ਰਿਆਜ਼ ਇੰਨਾ ਸ਼ੁਰੂ ਕਰਤਾ, ਰਿਆਜ਼ ਹੀ ਰਿਆਜ਼, ਹੋਰ ਕੁਝ ਸੀ ਨਾ ਕੁਛ, ਜਾਂ ਨੇੜੇ ਮੰਜ਼ਿਲ ਲੈ ਗਈ, ਗਲਾ ਦਬ ਗਿਆ, ਮੈਂ 2-3 ਦਿਨ ਫਿਰ ਬੰਦ ਕਰਤਾ ਰਿਆਜ਼, ਫਿਰ ਸ਼ੁਰੂ ਕਰਤਾ, ਜਿਹੜੀ ਮੰਜ਼ਿਲ ਇੱਥੇ ਕੀਤੀ ਅੱਲਾਹ ਪਾਕ ਨੇ, ਪਰਮਾਤਮਾ ਨੇ, ਈਸ਼ਵਰ ਨੇ ਮੈਨੂੰ ਮੰਜ਼ਿਲ ਦੇ ਦਿੱਤੀ ਜੀ, ਰੋਟੀ ਖਾਣ ਜੋਗੇ ਵਧੀਆ, ਬਿਲਕੁਲ ਇੱਕ ਹੌਸਲਾ ਨਹੀਂ ਛੱਡਿਆ, ਹੌਸਲਾ ਨਹੀਂ ਛੱਡਿਆ। ਉਹੀ ਨਾ, ਅੱਜ ਕੱਲ੍ਹ ਉਹ ਚੀਜ਼ ਲੋਕਾਂ ਦੇ ਜਿਹੜੇ ਵਿੱਚ ਅੱਜ ਕੱਲ੍ਹ ਯੂਥ ਪੇਸ਼ੈਂਸ ਬਹੁਤ ਘੱਟ, ਹੌਸਲਾ ਹਾਰੇ ਨਾ ਇਨਸਾਨ ਪਰੇਸ਼ਾਨੀ ਮੇਂ ਜੀ, ਹਰ ਬਣਾ ਕੰਮ ਵਿਗੜ ਜਾਤਾ ਹੈ, ਨਾਦਾਨੀ ਮੇਂ, ਡੂਬ ਸਕਤੀ ਨਹੀਂ ਤੂਫਾਨੋ ਕੀ ਤੁਗਿਆਨੀ ਮੇਂ, ਜਿਸਕੀ ਕਸ਼ਤੀ ਹੋ ਮੁਰਸ਼ਦ ਕੀ ਨਿਗਹਿਬਾਨੀ ਮੇਂ, ਜਿਹਦੀ ਗੁਰੂ ਦੀ ਨਿਗਹਿਬਾਨੀ 'ਚ ਕਸ਼ਤੀ ਹੈ, ਉਹਦੀ ਡੂਬਦੀ ਕਸ਼ਤੀ ਜੀ, ਬਿਲਕੁਲ। ਜਦ ਗੁਰੂ ਹੈਗਾ, ਮੁਰਸ਼ਿਦ ਕਹਿੰਦੇ ਗੁਰੂ ਨੂੰ ਜੀ, ਠੀਕ ਹੈ। ਸ਼ੌਕਤ ਅਲੀ ਜੀ, ਤੁਸੀਂ ਜਾਂਦੇ ਮੈਂ ਕੀ ਕਹਿਣਾ ਚਾਹੋਗੇ ਹੁਣ ਆਪਣੇ ਸਰੋਤਿਆਂ ਨੂੰ? ਮੈਂ ਸਾਰੇ ਸਰੋਤਿਆਂ ਨੂੰ ਹੀ ਬੇਨਤੀ ਕਰਦਾ ਵੀ ਇਹ ਚੈਨਲ ਦੇਖੋ, ਵੀ ਤੁਸੀਂ ਅੱਛੇ ਢੰਗ ਨਾਲ ਰਿਆਜ਼ ਕਰੋ, ਮਿਹਨਤ ਕਰੋ, ਤੁਹਾਨੂੰ ਦਾਤਾ ਹਰ ਟਾਈਮ ਮੈਂ ਦੁਆ ਮੰਗਦਾ ਤੁਹਾਡੀ, ਦਰਸ਼ਕਾਂ ਦੀ ਔਰ ਜਿੰਨੇ ਗਾਇਕ ਨੇ ਉਹਨਾਂ ਲਈ ਦੁਆ ਮੰਗਦਾ, ਤੁਹਾਡੀ ਹਰ ਮੈਦਾਨ ਫਤਿਹ ਰੱਖੇ। ਇਹ ਸਨ ਸਾਡੇ ਨਾਲ ਉਸਤਾਦ ਸ਼ੌਕਤ ਅਲੀ ਮਤੋਈ ਜੀ, ਜਿਨ੍ਹਾਂ ਨੇ ਸਾਡੇ ਨਾਲ ਆਪਣੀ ਜ਼ਿੰਦਗੀ ਦੇ ਇੱਕ ਲੰਬੇ ਸੰਘਰਸ਼ ਨੂੰ ਅਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਜਿੱਤ ਪ੍ਰਾਪਤ ਕੀਤੀ, ਕਿੱਦਾਂ ਉਹਨਾਂ ਦਾ ਸਫ਼ਰ ਰਿਹਾ, ਹਰ ਇੱਕ ਗੱਲ ਨੂੰ ਬੜੀ ਹੀ ਖੁੱਲ੍ਹ ਕੇ ਸਾਡੇ ਨਾਲ ਉਹਨਾਂ ਨੇ ਅੱਜ ਸਾਡੇ ਤੱਕ ਰੱਖਿਆ, ਸਾਡੇ ਸਾਰਿਆਂ ਦੇ ਨਾਲ ਸਾਂਝਾ ਕੀਤਾ। ਅਤੇ ਇਸੇ ਤਰ੍ਹਾਂ ਦੋਸਤੋ, ਅਗਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਇੱਕ ਹੋਰ ਨਵੇਂ ਚਿਹਰੇ ਦੇ ਨਾਲ, ਇੱਕ ਹੋਰ ਨਵੇਂ ਕਲਾਕਾਰ ਦੇ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।